the Turban Traveller de Prayojak ne World Punjabi Organization. ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦਿਨ ਦੀ ਸ਼ੁਰੂਆਤ ਫਿਰ ਹੋਈ ਇੱਕ ਨਵੀਂ ਕਹਾਣੀ ਨਾਲ। ਲੋਕ ਕਹਿੰਦੇ ਨੇ ਰਿਸ਼ਤੇ ਜਿਹੜੇ ਨੇ ਉਹ ਖੂਨ ਦੇ ਹੁੰਦੇ ਨੇ, ਕੁਛ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਖੂਨ ਦੇ ਨਹੀਂ ਪਿਆਰ ਦੇ ਹੁੰਦੇ ਨੇ। ਇਹ ਨੇ ਅਸ਼ੋਕ ਕੁਮਾਰ ਤਾਹਿਲ ਰਮਾਨੀ ਅਤੇ ਉਹਨਾਂ ਦੇ ਬੇਟੇ ਲਵੇਸ਼, ਇਹ ਸਿੰਧੀ ਪਰਿਵਾਰ ਕਾਨਪੁਰ ਵਿੱਚ ਜਿਨ੍ਹਾਂ ਨੇ ਸਾਨੂੰ ਆਪਣੇ ਘਰ ਠਹਿਰਾਇਆ ਸੀਗਾ। ਇਹ ਹੈ ਉਹਨਾਂ ਦੇ ਘਰ ਦਾ ਉਹ ਕਮਰਾ ਜਿਹੜਾ ਰਾਤੀ ਉਹਨਾਂ ਨੂੰ ਮੈਨੂੰ ਸੌਣ ਲਈ ਦਿੱਤਾ ਸੀ, ਜਿੱਥੇ ਅਸੀਂ ਦੋ ਦਿਨ ਰੁਕੇ ਸੀਗੇ। ਕਈ ਰਿਸ਼ਤੇ ਪਿਆਰ ਦੇ ਹੁੰਦੇ ਨੇ, ਖੂਨ ਦੇ ਨਹੀਂ ਹੁੰਦੇ, ਅਤੇ ਜਿਹੜੇ ਪਿਆਰ ਦੇ ਰਿਸ਼ਤੇ ਹੁੰਦੇ ਨੇ ਉਹ ਖੂਨ ਤੋਂ ਵੀ ਵੱਧ ਕੇ ਆਉਂਦੇ ਨੇ। ਜਿੰਨਾ ਇੱਜ਼ਤ, ਜਿੰਨਾ ਮਾਣ, ਜਿੰਨਾ ਸਤਿਕਾਰ ਅਸ਼ੋਕ ਜੀ ਨੇ ਸਾਨੂੰ ਦਿੱਤਾ ਅਤੇ ਸਾਡੀ ਟੀਮ ਨੂੰ ਦਿੱਤਾ, ਉਹ ਬਹੁਤ ਹੀ ਕਾਬਲੇ ਤਾਰੀਫ ਸੀਗਾ। ਉਹਨਾਂ ਨੇ ਸਾਡੀ ਗੱਡੀ 'ਤੇ, ਉਹਨਾਂ ਦੀ ਫੈਮਿਲੀ ਨੇ, ਸਭ ਨੇ ਸਾਈਨ ਵੀ ਕੀਤੇ, ਅਤੇ ਮੈਂ ਪੂਰੀ ਉਮੀਦ ਕਰਨਾ ਕਿ ਸਾਡਾ ਰਿਸ਼ਤਾ ਇਸੇ ਤਰੀਕੇ ਨਾਲ ਅੱਗੇ ਵੀ ਕਾਇਮ ਰਹੇਗਾ। ਇਹ ਕਾਨਪੁਰ ਦੀ ਉਹ ਗਲੀਆਂ ਨੇ ਜਿੱਥੇ ਮੇਰਾ ਬਚਪਨ ਗੁਜ਼ਰਿਆ, ਜਿੱਥੇ ਮੈਂ ਖੇਡਿਆ, ਉਹ ਗਲੀਆਂ ਜਿੱਥੇ ਮੈਂ ਸਾਈਕਲ ਚਲਾ ਕੇ ਜਾਇਆ ਕਰਦਾ ਸੀ, ਉਹ ਸਕੂਲ ਦੇ ਬਾਹਰ ਸੁੱਚਾ ਸਿੰਘ ਹਲਵਾਈ ਦੀ ਦੁਕਾਨ, ਕਿਤਾਬਾਂ ਵਾਲੀ ਦੁਕਾਨ, ਕੁਛ ਵੀ ਨਹੀਂ ਬਦਲਿਆ, ਸਭ ਕੁਝ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਹੈਗਾ। ਇਹ ਸਾਰੀ ਚੀਜ਼ਾਂ ਦੇਖ ਕੇ ਅਤੇ ਤੁਹਾਨੂੰ ਤੁਹਾਡਾ ਬਚਪਨ ਯਾਦ ਆਉਂਦਾ ਹੈ, ਅਤੇ ਬਹੁਤ ਸਾਰੀ ਫੀਲਿੰਗਸ ਮਨ 'ਚ ਹੁੰਦੀਆਂ ਨੇ ਜਿਹੜੀ ਕਿ ਐਕਸਪਲੇਨ ਨਹੀਂ ਕੀਤੀ ਜਾ ਸਕਦੀਆਂ। ਮੈਂ ਵੀ ਉਸੀ ਫੀਲਿੰਗਸ ਦੇ ਦੌਰ ਤੋਂ ਗੁਜ਼ਰ ਰਿਹਾ। ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਖੋਜਦੇ ਖੋਜਦੇ ਅਸੀਂ ਕਾਨਪੁਰ ਆਏ, ਅਤੇ ਕਾਨਪੁਰ ਵਿੱਚ ਇੱਥੇ ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਹੈਗਾ, ਬਾਬਾ ਸ਼੍ਰੀ ਚੰਦ ਦਰਬਾਰ। ਅਸੀਂ ਉੱਥੇ ਇਸ ਵਕਤ ਆਏ ਹੈਗੇ ਹਾਂ ਅਤੇ ਦੇਖਦੇ ਹਾਂ ਇੱਥੇ ਸਾਡੇ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਕਿਸ ਤਰੀਕੇ ਨਾਲ ਜੁੜਿਆ ਹੈ। ਆਓ ਸਾਡੇ ਨਾਲ ਤੁਸੀਂ ਇਸ ਗੁਰਦੁਆਰੇ ਦੇ ਵੀ ਦਰਸ਼ਨ ਕਰੋ। ਮੇਰੀ ਬਾਬਾ ਨਾਨਕ ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਤੂੰ ਗੁਨਾ ਬਾਬਾ ਨਾਨਕ ਛੱਡੀ ਨਾ ਕਦੇ, ਮੇਰੀ ਬਾਬਾ ਨਾਨਕ ਛੱਡੀ ਨਾ ਕਦੇ, ਮੇਰੀ ਬਾਬਾ ਨਾਨਕ ਸਤਿਗੁਰੂ ਨਾਨਕ ਧੰਨ ਗੁਰੂ ਨਾਨਕ, ਸਤਿਗੁਰੂ ਨਾਨਕ ਧੰਨ ਗੁਰੂ ਨਾਨਕ, ਤੂੰ ਹੀ ਦੁਨੀਆ ਵਾਲੀ ਖੇਡ ਰਚਾਈ, ਤੂੰ ਹੀ ਦੁਨੀਆ ਵਾਲੀ ਖੇਡ ਰਚਾਈ, ਹਰ ਡੁੱਬਦੀ ਵੇੜੀ ਤੂੰ ਪਾਰ ਲੰਘਾਈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ ਲੱਭਦੇ ਲੱਭਦੇ ਅਸੀਂ ਕਾਨਪੁਰ ਵਿਖੇ ਗੋਬਿੰਦਪੁਰੀ ਆ ਪੁੱਜੇ। ਇੱਥੇ ਸਾਨੂੰ ਕਿਸੇ ਨੇ ਦੱਸਿਆ ਸੀਗਾ ਕਿ ਬਾਬਾ ਸ਼੍ਰੀ ਚੰਦ ਜੀ ਦੀ ਉਦਾਸੀਆਂ ਦਾ ਕੋਈ ਡੇਰਾ ਹੈ। ਅਸੀਂ ਪੜਤਾਲ ਕਰਦੇ ਕਰਦੇ ਇੱਥੇ ਆਏ ਅਤੇ ਇੱਥੇ ਆ ਕੇ ਇੱਥੇ ਦਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਪਤਾ ਲੱਗਿਆ ਕਿ ਇੱਥੇ ਭਾਈ ਗੁਰਦਿੱਤਾ ਜੀ ਦੀ ਗੱਦੀ ਦਾ ਸਥਾਨ ਹੈ, ਜਿਹੜੇ ਕਿ ਪਾਕਿਸਤਾਨ ਤੋਂ ਆਏ ਬਾਬਾ ਗੋਬਿੰਦ ਰਾਮ ਜੀ, ਉਹਨਾਂ ਨੇ ਇਹਦੀ ਸੇਵਾ ਸੰਭਾਲ ਕੀਤੀ। ਸੰਨ 1949 ਵਿੱਚ ਇਹ ਛੋਟਾ ਜਿਹਾ ਗੁਰਦੁਆਰਾ ਇੱਥੇ ਬਣਿਆ ਸੀਗਾ ਅਤੇ ਗੁਰੂ ਨਾਨਕ ਦੇਵ ਜੀ ਨਾਲ ਜਾਂ ਬਾਬਾ ਸ਼੍ਰੀ ਚੰਦ ਜੀ ਦੀ ਉਦਾਸੀਆਂ ਦੇ ਡੇਰੇ ਨਾਲ ਇਹਦਾ ਦੂਰ ਦੂਰ ਤੱਕ ਕੋਈ ਵੀ ਸੰਬੰਧ ਨਹੀਂ ਸੀਗਾ। ਇੱਥੇ ਦੇ ਭਾਈ ਸਾਹਿਬ ਜਿਹੜੇ ਇੱਥੇ ਦੇ ਰੱਖ ਰਖਾਵ ਕਰਦੇ ਨੇ, ਇੱਥੇ ਦੇ ਮੁਖੀ ਨੇ, ਆਗੂ ਨੇ, ਉਹਨਾਂ ਨੇ ਬੜੀ ਬੇਬਾਕੀ ਅਤੇ ਬੜੀ ਇਮਾਨਦਾਰੀ ਨਾਲ ਇਸ ਚੀਜ਼ ਨੂੰ ਦੱਸਿਆ, ਜਿਹੜਾ ਸੁਣ ਕੇ ਮਨ ਬੜਾ ਪ੍ਰਸੰਨ ਹੋਇਆ। ਕਿਉਂਕਿ ਬਹੁਤ ਥਾਵਾਂ 'ਤੇ ਸਾਨੂੰ ਇਹ ਵੀ ਦੇਖਣ ਨੂੰ ਮਿਲਿਆ ਕਿ ਜਿਹੜੇ ਇਤਿਹਾਸਿਕ ਗੁਰਦੁਆਰੇ ਨਹੀਂ ਨੇ ਉਹਨਾਂ ਨੂੰ ਵੀ ਇਤਿਹਾਸਿਕ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਅਤੇ ਇੱਥੇ ਭਾਈ ਸਾਹਿਬ ਨੇ ਸਾਨੂੰ ਬੜੇ ਪਿਆਰ ਨਾਲ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਗੁਰਦੁਆਰਾ ਇਤਿਹਾਸਿਕ ਨਹੀਂ ਹੈ, ਪਰ ਉਸ ਦੇ ਬਾਵਜੂਦ ਇਹਦੀ ਬੜੀ ਮਾਨਤਾ ਹੈਗੀ। ਇੱਥੇ ਦੂਰ ਦੂਰ ਤੱਕ ਲੋਕ ਆਉਂਦੇ ਨੇ, ਸਾਰੇ ਸਰਬ ਧਰਮਾਂ ਦੇ ਲੋਕ ਆਉਂਦੇ ਨੇ, ਜਿਹਦੇ ਅੰਦਰ ਸਿੰਧੀ ਸਮਾਜ, ਮੁਸਲਿਮ, ਹਿੰਦੂ ਅਤੇ ਅਲੱਗ ਅਲੱਗ ਫਿਰਕਿਆਂ ਤੋਂ ਲੋਕ ਇੱਥੇ ਆ ਕੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਅਖੰਡ ਪਾਠ ਰਖਾਉਂਦੇ ਨੇ। ਸੋ ਇਹ ਚੀਜ਼ ਜਿਹੜੀ ਹੈਗੀ
ਇਹ ਸਰਵ ਧਰਮ ਏਕਤਾ ਦਾ ਇੱਕ ਸਬੂਤ ਹੈ ਕਿ ਜਿੱਥੇ ਗੁਰਦੁਆਰੇ ਦੇ ਅੰਦਰ ਗੈਰ ਸਿੱਖ ਲੋਕ ਵੀ ਆ ਕੇ ਗੁਰਦੁਆਰੇ ਵਿੱਚ ਅਖੰਡ ਪਾਠ ਰਖਵਾ ਰਹੇ ਨੇ। ਇੱਥੇ ਮੂਰਤੀ ਜ਼ਰੂਰ ਲੱਗੀ ਹੋਈ ਹੈਗੀ, ਮੈਂ ਉਸ ਕੰਟਰੋਵਰਸੀ 'ਚ ਨਹੀਂ ਪਾਵਾਂਗਾ ਕਿ ਮੂਰਤੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਇਹ ਸਾਡੇ ਸਿੱਖ ਸਮਾਜ ਦੇ ਆਗੂ ਜਿਹੜੇ ਨੇ ਉਹ ਡਿਸਾਈਡ ਕਰਨਗੇ, ਪਰ ਮੈਂ ਇੱਥੇ ਆ ਕੇ ਆਪ ਜੀ ਨੂੰ ਉਹ ਦੱਸਿਆ ਜੋ ਕਿ ਇੱਥੇ ਦਾ ਸੱਚ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲਾ ਸਰਬਤ ਦਾ ਮੰਗਣਾ ਬਾਬਾ ਤੂੰ ਸਿਖਾਇਆ ਏ, ਭਲਾ ਸਰਬਤ ਦਾ। ਇੱਥੇ ਦੇ ਫਸਟ ਤੋਂ ਲੈ ਕੇ ਫਿਫਥ ਤੱਕ ਮੈਂ ਕਲਾਸਾਂ ਸੀਗੀਆਂ, ਪਹਿਲੇ ਥੱਲੇ ਪੜ੍ਹਦੇ ਸੀ, ਗਰੁੱਪ 'ਤੇ ਪੜ੍ਹਦੇ ਸੀ, ਫੋਰ ਗਰੁੱਪ 'ਤੇ ਹੁੰਦਾ ਸੀਗਾ, ਸਿਕਸ ਤੋਂ ਬਾਅਦ ਸਾਹਮਣੇ ਉਹ ਕਲਾਸਾਂ ਸੀਗੀਆਂ। ਅਤੇ ਰਾਈਟ ਸਾਈਡ ਉੱਤੇ ਹਾਲ ਸੀਗਾ, ਕਾਲਜ ਦੇ ਹੈਗਾ, ਇੱਥੇ ਸਾਰੀ ਇੱਥੇ ਅਸੈਂਬਲੀ ਗਰਾਊਂਡ ਹੈਗਾ, ਛੱਡੀ ਨਾ। 60 ਸਾਲ ਮੇ ਜ਼ਿੰਦਗੀ ਹਾਥੋਂ ਸੇ ਕਿਸ ਤਰ੍ਹਾਂ ਨਿਕਲ ਜਾਤੀ ਹੈ, ਰੇਤ ਕੇ ਮਾਨੇ ਇਸਕਾ ਅੰਦਾਜ਼ਾ ਮੁਝੇ ਆਜ ਹੁਆ, ਆਪਣੀ ਜਨਮ ਭੂਮੀ ਮੇ ਆ ਕੇ ਜੋ ਕਿ ਕਾਨਪੁਰ ਹੈ, ਔਰ ਇਸ ਵਕਤ ਮੈਂ ਖੜਾ ਹੂੰ ਕਾਨਪੁਰ ਮੇ ਉਸ ਸਕੂਲ ਮੇ ਜਹਾਂ ਮੈਂ ਪੜ੍ਹਤਾ ਥਾ, ਨਰਸਰੀ ਸੇ ਲੇਕਰ 9th ਤੱਕ, ਰਾਧਾ 10th ਤੱਕ ਮੈਂ ਇਸ ਸਕੂਲ ਮੇ ਪੜ੍ਹਾ, ਔਰ ਆਜ ਆ ਕੇ ਪਿਛਲੇ 60 ਸਾਲ ਮੇਰੀ ਜ਼ਿੰਦਗੀ ਕੇ ਮੇਰੀ ਆਂਖੋਂ ਕੇ ਸਾਹਮਣੇ ਸੇ ਐਸੇ ਗੁਜ਼ਰ ਗਏ ਜੈਸੇ ਕਲ ਕੀ ਬਾਤ ਹੋ। ਮੇਰੇ ਟਾਈਮ ਮੇ ਯਹਾਂ ਪਰ ਫਾਦਰ ਨੋਇਲ ਹੁਆ ਕਰਤੇ ਥੇ, ਔਰ ਆਜ ਯਹਾਂ ਪਰ ਹੈ ਫਾਦਰ ਰਾਜੇਸ਼, ਜਿਨਕੇ ਸਾਥ ਮੈਂ ਖੜਾ ਹੂੰ, ਔਰ ਉਨਸੇ ਆ ਕੇ ਮਿਲ ਕੇ ਮੁਝੇ ਇਤਨੀ ਖੁਸ਼ੀ ਹੋਈ ਕਿ ਮੈਂ ਬਿਆਨ ਨਹੀਂ ਕਰ ਸਕਤਾ। ਮੇਰਾ ਬਚਪਨ ਇਨ੍ਹੀਂ ਗਲਿਆਰੋਂ ਮੇ ਗੁਜ਼ਰਾ ਹੈ, ਇਨ੍ਹੀਂ ਇਸੀ ਮੈਦਾਨ ਮੇ ਮੈਂ ਖੇਲਤਾ ਥਾ। ਇਹ ਚਰਚ ਜੋ ਆਪ ਮੇਰੇ ਪਿੱਛੇ ਦੇਖ ਰਹੇ ਹੈ, ਇਸ ਵਕਤ ਚਰਚ ਥਾ ਨਹੀਂ, ਅਬ ਇਹ ਨਿਆ ਬਣਾ ਹੈ, ਪਰ ਮਦਰ ਮੈਰੀ ਕੀ ਜੋ ਮੂਰਤੀ ਮੇਰੇ ਰਾਈਟ ਸਾਈਡ ਪੇ ਲਗੀ ਹੋਈ ਹੈ, ਵੋ ਕਭੀ ਲੈਫਟ ਸਾਈਡ ਪੇ ਹੁਆ ਕਰਤੀ ਥੀ। ਸਕੂਲ ਕੀ ਬਿਲਡਿੰਗ ਬਿਲਕੁਲ ਵੈਸੀ ਹੀ ਥੀ ਜੋ ਮੈਂ ਆਜ ਸੇ 50 ਸਾਲ ਪਹਿਲੇ ਛੋੜ ਕੇ ਗਿਆ ਥਾ। ਚੀਜ਼ੇ ਕੁਛ ਬਦਲੀ, ਕੁਛ ਨਹੀਂ ਬਦਲੀ, ਲੇਕਿਨ 50 ਸਾਲ ਕੈਸੇ ਗੁਜ਼ਰ ਗਏ ਇਸਕਾ ਅੰਦਾਜ਼ਾ ਹੀ ਨਹੀਂ ਰਹਾ। ਇਨਸਾਨ ਕੀ ਜ਼ਿੰਦਗੀ ਮੇ ਬਹੁਤ ਸਾਰੇ ਮੌਕੇ ਐਸੇ ਆਤੇ ਹੈ ਜਬ ਵੋ ਆਪਣੇ ਬਚਪਨ ਕੋ ਢੂੰਢਤਾ ਹੈ, ਔਰ ਮੇਰਾ ਕਾਨਪੁਰ ਆਨੇ ਕਾ ਕੋਈ ਇਰਾਦਾ ਨਹੀਂ ਥਾ ਇਸ ਟ੍ਰਿਪ ਮੇ, ਹਮੇ ਸੀਧਾ ਲਖਨਊ ਸੇ ਜਾਣਾ ਥਾ, ਪਰ ਮੇਰੀ ਡੈਸਟਨੀ ਮੁਝੇ ਯਹਾਂ ਖੀਚ ਕੇ ਲਾਈ, ਔਰ ਉਨ ਯਾਦੋਂ ਕੋ ਤਾਜ਼ਾ ਕਰਨੇ ਕਾ ਮੁਝੇ ਮੌਕਾ ਮਿਲਾ, ਉਸ ਬਚਪਨ ਕੋ ਦੇਖਨੇ ਕਾ ਮੌਕਾ ਮਿਲਾ ਜੋ ਕਿ ਕਮ ਲੋਗੋਂ ਕੋ ਨਸੀਬ ਹੋਤਾ। ਔਰ ਮੈਂ ਪਿਛਲੇ 37 ਸਾਲੋਂ ਸੇ ਯਹਾਂ ਨਹੀਂ ਆਇਆ ਥਾ, ਆਜ 37 ਸਾਲ ਕੇ ਬਾਅਦ ਮੈਂ ਆਪਣੀ ਜਨਮ ਭੂਮੀ ਮੇ ਦੁਬਾਰਾ ਵਾਪਸ ਲੌਟਾ, ਔਰ ਮੁਝੇ ਨਾਜ਼ ਹੈ ਕਿ ਮੈਂ ਕਾਨਪੁਰ ਕਾ ਹੂੰ, ਜਬਕਿ ਲੋਕ ਉਸ ਵਕਤ ਕਹਿਤੇ ਥੇ ਕਿ ਭਾਈ ਕਾਨਪੁਰ ਬਹੁਤ ਛੋਟਾ ਸਾ ਸ਼ਹਿਰ ਹੋਤਾ ਥਾ, ਔਰ ਉਸਕੇ ਬਾਅਦ ਫਿਰ ਮੈਂ ਦਿੱਲੀ ਗਿਆ, ਅਮੈਰੀਕਾ ਗਿਆ, ਔਰ ਸਾਰੀ ਦੁਨੀਆ ਮੇ ਘੁੰਮਤਾ ਰਿਹਾ, ਲੇਕਿਨ ਵੋ ਜੋ ਆਜ ਆਨੰਦ ਵਾਪਸ ਆਪਣੀ ਜ਼ਮੀਨ ਪੇ ਆਨੇ ਕਾ ਹੈ, ਵੋ ਬਿਆਨ ਨਹੀਂ ਕੀਆ, ਸ਼ਬਦੋਂ ਮੈਂ ਬਿਆਨ ਨਹੀਂ ਕੀਆ ਆ ਸਕਤਾ। ਤੋ ਬੜਾ ਅੱਛਾ ਲੱਗ ਰਿਹਾ ਫਾਦਰ, ਆਪਸੇ ਮਿਲ ਕੇ ਬਹੁਤ ਅੱਛਾ ਲਗਾ ਮੁਝੇ, ਐਂਡ ਥੈਂਕ ਯੂ ਸੋ ਮਚ, ਮੈਂ ਆਲ ਦ ਬੈਸਟ, ਥੈਂਕ ਯੂ। ਔਰ ਮੈਂ ਚਾਹਤਾ ਥਾ ਤੋ ਮੁਝੇ ਧਿਆਨ ਨਹੀਂ ਥਾ ਕਿ ਕੱਲ੍ਹ ਸੰਡੇ ਹੈ, ਵਰਨਾ ਮੈਂ ਸਟੂਡੈਂਟ ਸੇ ਮਿਲਤਾ ਔਰ ਉਨਕੋ ਬਤਾਤਾ। ਸੋ ਜ਼ਿੰਦਗੀ ਰਹੀ ਔਰ ਕਭੀ ਦੁਬਾਰਾ ਨੈਕਸਟ ਟਾਈਮ ਹੁਆ, ਵਿਲ ਪ੍ਰੇ ਫੋਰ ਇਟ, ਤੋ ਮੈਂ ਜ਼ਰੂਰ ਆਪਸੇ ਆਗੇ ਮਿਲੂੰਗਾ, ਔਰ ਯਹਾਂ ਕੇ ਬੱਚੋਂ ਸੇ ਜ਼ਰੂਰ ਮਿਲੂੰਗਾ। ਇਨਸਾਨ ਦੀ ਉਮਰ ਭਾਵੇਂ ਜਿੰਨੀ ਮਰਜ਼ੀ ਕਿਉਂ ਨਾ ਹੋ ਜਾਏ, ਲੇਕਿਨ ਉਹਨੂੰ ਆਪਣਾ ਬਚਪਨ ਕਦੀ ਨਹੀਂ ਭੁੱਲਦਾ, ਅਤੇ ਖਾਸ ਤੌਰ 'ਤੇ ਉਹ ਸਕੂਲ ਜਿੱਥੇ ਉਹ ਪੜ੍ਹਿਆ ਹੁੰਦਾ ਹੈ। ਮੇਰੀ ਪੂਰੀ ਜ਼ਿੰਦਗੀ ਮੇਰੇ ਅੱਖਾਂ ਦੇ ਸਾਹਮਣੇ ਇੱਕ ਫਿਲਮ ਦੀ ਮਾਨਿੰਦ ਗੁਜ਼ਰ ਗਈ ਜਿਸ ਵਕਤ ਮੈਂ ਆਪਣੇ ਸਕੂਲ ਆਇਆ, ਅਤੇ ਇੱਥੇ ਆ ਕੇ ਮੈਂ ਆਪਣੇ ਨਾਲ ਇੱਕ ਵਾਅਦਾ ਕੀਤਾ ਕਿ ਇੱਕ ਵਾਰ ਮੈਂ ਇੱਥੇ ਜ਼ਰੂਰ ਆਵਾਂਗਾ, ਅਤੇ ਆਪਣੇ ਬੱਚਿਆਂ ਨੂੰ, ਆਪਣੇ ਗ੍ਰੈਂਡ ਚਿਲਡਰਨਸ ਨੂੰ, ਉਹਨਾਂ ਨੂੰ ਨਾਲ ਲੈ ਕੇ ਆਵਾਂਗਾ, ਅਤੇ ਦਿਖਾਵਾਂਗਾ ਉਹ ਜਗ੍ਹਾ ਜਿੱਥੇ ਉਹਨਾਂ ਦਾ ਦਾਦਾ ਜਾਂ ਪਿਓ ਕਦੀ ਪੜ੍ਹਿਆ ਸੀ। ਤੁਹਾਡੀਆਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ, ਹਰ ਇਨਸਾਨ ਦੀਆਂ ਹੁੰਦੀਆਂ ਨੇ। ਮੈਂ ਉਮੀਦ ਕਰਨਾ ਤੁਸੀਂ ਵੀ ਸਾਡੇ ਨਾਲ ਆਪਣੀ ਕਹਾਣੀਆਂ ਸ਼ੇਅਰ ਕਰੋਗੇ, ਅਤੇ ਦੇਖਦੇ ਰਹੋ ਦ ਟਰਬਨ ਟਰੈਵਲਰ ਐਂਡ ਹਿਸ ਸਪਿਰਚੁਅਲ ਜਰਨੀ। ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ, ਬਖਸ਼ ਦੇਵੀ ਮੇਰੇ ਤੂੰ ਗੁਨਾ ਬਾਬਾ ਨਾਨਕਾ, ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ। The Turban Traveller ਦੇ ਪ੍ਰਾਯੋਜਕ ਨੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ